ਆਵਾਜ਼ ਕੰਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੇ ਹਾਂ। ਹੁਣ ਅਸੀਂ ਅੱਜ ਦੀਆਂ ਮੁੱਖ ਖਬਰਾਂ 'ਤੇ ਇੱਕ ਨਜ਼ਰ ਮਾਰਦੇ ਹਾਂ। ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਪੱਛਮੀ ਬੰਗਾਲ ਦੇ ਨੰਦੀਗ੍ਰਾਮ 'ਚ ਚੋਣ ਮੁਹਿੰਮ ਦੇ ਦੌਰਾਨ ਕਥਿਤ ਹਮਲੇ ਤੋਂ ਬਾਅਦ ਬੁੱਧਵਾਰ ਨੂੰ SSKM ਹਸਪਤਾਲ ਵਿੱਚ ਐਕਸਰੇ ਕੀਤਾ ਗਿਆ। ਡਾਕਟਰਾਂ ਨੇ ਇਹ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਇਸ ਸਰਕਾਰੀ ਹਸਪਤਾਲ ਦੇ ਵਡਵਾਨ ਵਾਰਡ ਦੇ ਵਿਸ਼ੇਸ਼ ਕੈਬਨ ਨੰਬਰ 12.5 ਵਿਖੇ ਲਿਜਾਇਆ ਗਿਆ ਅਤੇ ਉੱਥੇ ਚੱਲਦੀ ਐਕਸਰੇ ਮਸ਼ੀਨ ਦੀ ਸਹਾਇਤਾ ਨਾਲ ਉਹਨਾਂ ਨੂੰ ਐਕਸਰੇ ਕੀਤਾ ਗਿਆ। ਡਾਕਟਰਾਂ ਦੇ ਅਨੁਸਾਰ ਉਹਨਾਂ ਦੀ ਖੱਬੀ ਲੱਤ ਦੀ ਅੱਡੀ 'ਚ ਸੱਟ ਲੱਗੀ ਹੈ, ਸੱਜੇ ਮੋਢੇ ਦੇ ਵਿੱਚ ਦਰਦ ਹੈ। ਡਾਕਟਰ ਨੇ ਕਿਹਾ ਕਿ ਮੁੱਖ ਮੰਤਰੀ ਛਾਤੀ ਵਿੱਚ ਦਰਦ ਮਹਿਸੂਸ ਕਰ ਰਹੇ ਹਨ ਅਤੇ ਸਾਹ ਲੈਣ ਦੇ ਵਿੱਚ ਵੀ ਉਹਨਾਂ ਨੂੰ ਮੁਸ਼ਕਿਲ ਆ ਰਹੀ ਹੈ। ਉਹਨਾਂ ਨੂੰ ਅਗਲੇ 48 ਘੰਟੇ ਲਈ ਨਿਗਰਾਨੀ ਹੇਠ ਰੱਖਿਆ ਜਾਵੇਗਾ। ਇੱਕ ਸੀਨੀਅਰ ਡਾਕਟਰ ਨੇ ਦੱਸਿਆ ਕਿ ਮੁੱਖ ਮੰਤਰੀ ਨੂੰ ਉਸੇ ਕੈਂਪਸ ਦੇ ਬੰਗੂਰ ਇੰਸਟੀਚਿਊਟ ਆਫ ਨਿਊਰੋਸਾਇੰਸ ਵਿੱਚ MRI ਲਈ ਲਿਜਾਇਆ ਗਿਆ ਸੀ। ਇਸ ਦੌਰਾਨ TMC ਦੇ ਸੰਸਦ ਮੈਂਬਰ ਅਤੇ ਮਮਤਾ ਬੈਨਰਜੀ ਦੇ ਭਤੀਜੇ ਅਭਿਸ਼ੇਕ ਬੈਨਰਜੀ ਨੇ ਹਸਪਤਾਲ ਵਿੱਚ ਦਾਖਲ ਮੁੱਖ ਮੰਤਰੀ ਦੀ ਇੱਕ ਤਸਵੀਰ ਟਵੀਟ ਕੀਤੀ। ਇਸ ਦੌਰਾਨ ਉਹਨਾਂ ਕਿਹਾ ਕਿ ਭਾਜਪਾ 2 ਮਈ ਨੂੰ ਬੰਗਾਲ ਦੇ ਲੋਕਾਂ ਦੀ ਤਾਕਤ ਵੇਖੇਗੀ। ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਬੁੱਧਵਾਰ ਨੂੰ ਪੰਜਾਬ ਭਵਨ ਵਿੱਚ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਦੇ ਨਾਲ ਸਵੇਰੇ ਬ੍ਰੇਕਫਾਸਟ 'ਤੇ ਮੁਲਾਕਾਤ ਕੀਤੀ। ਦੱਸਿਆ ਜਾ ਰਿਹਾ ਕਿ ਮੁਲਾਕਾਤ ਦੇ ਦੌਰਾਨ ਰਾਵਤ ਨੇ ਸਿੱਧੂ ਨਾਲ ਅਗਲੀ ਰਣਨੀਤੀ 'ਤੇ ਵਿਸਥਾਰਪੂਰਵਕ ਚਰਚਾ ਕੀਤੀ। ਉਂਝ ਤਾਂ ਰਾਵਤ ਪਹਿਲਾਂ ਹੀ ਕਹਿ ਚੁੱਕੇ ਸਨ ਕਿ ਬਜਟ ਤੋਂ ਬਾਅਦ ਕਾਂਗਰਸ ਸਿੱਧੂ 'ਤੇ ਫੈਸਲਾ ਲਵੇਗੀ। ਇਸ ਮੁਲਾਕਾਤ ਨੂੰ ਵੀ ਇਸ ਨਜ਼ਰੀਏ ਵਿੱਚ ਦੇਖਿਆ ਜਾ ਰਿਹਾ। ਬੁੱਧਵਾਰ ਨੂੰ ਬਜਟ ਸੈਸ਼ਨ ਦਾ ਆਖਰੀ ਦਿਨ ਸੀ ਅਤੇ ਇਸ ਤੋਂ ਪਹਿਲਾਂ ਹਰੀਸ਼ ਰਾਵਤ ਨੇ ਸਿੱਧੂ ਨਾਲ ਮੁਲਾਕਾਤ ਕਰਕੇ ਆਪਣੀ ਗੱਲ 'ਤੇ ਮੋਹਰ ਵੀ ਲਗਾ ਦਿੱਤੀ ਹੈ। ਹਾਲਾਂਕਿ ਰਾਵਤ ਅਤੇ ਸਿੱਧੂ ਦੀ ਮੁਲਾਕਾਤ ਦੌਰਾਨ ਹੋਈ ਗੱਲਬਾਤ ਨੂੰ ਜਨਤਕ ਨਹੀਂ ਕੀਤਾ ਗਿਆ ਹੈ। ਹਰੀਸ਼ ਰਾਵਤ ਨੇ ਕਿਹਾ ਕਿ ਸਿੱਧੂ ਦੇ ਨਾਲ ਇਹ ਉਹਨਾਂ ਦੀ ਰਸਮੀ ਮੁਲਾਕਾਤ ਸੀ। ਹਾਲਾਂਕਿ ਇਸ ਤੋਂ ਪਹਿਲਾਂ ਰਾਵਤ ਸਪਸ਼ਟ ਕਰ ਚੁੱਕੇ ਹਨ ਕਿ ਛੇਤੀ ਹੀ ਤੈਅ ਕਰ ਦਿੱਤਾ ਜਾਵੇਗਾ ਕਿ ਸਿੱਧੂ ਰਾਸ਼ਟਰੀ ਪੱਧਰ 'ਤੇ ਕਾਂਗਰਸ ਪਾਰਟੀ ਲਈ ਕਾਰਜ ਕਰਨਗੇ ਜਾਂ ਰਾਜ ਪੱਧਰ 'ਤੇ ਕੋਈ ਜ਼ਿੰਮੇਵਾਰੀ ਨਿਭਾਉਣਗੇ। ਖੁਦ ਸਿੱਧੂ ਵੀ ਸਪਸ਼ਟ ਕਰ ਚੁੱਕੇ ਹਨ ਕਿ ਰਾਹੁਲ ਗਾਂਧੀ ਉਹਨਾਂ ਨੂੰ ਜੋ ਜ਼ਿੰਮੇਵਾਰੀ ਸੌਂਪਣਗੇ ਉਹਨਾਂ ਨੂੰ ਮਨਜ਼ੂਰ ਹੋਵੇਗੀ। ਕਿਹਾ ਜਾ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੀ ਸਿੱਧੂ ਨੂੰ ਮੰਤਰੀ ਮੰਡਲ ਵਿੱਚ ਲੈਣਾ ਚਾਹੁੰਦੇ ਹਨ, ਪਰ ਕਿਸੇ ਕਾਰਨ ਅਜੇ ਤੱਕ ਇਹ ਸੰਭਵ ਨਹੀਂ ਹੋ ਸਕਿਆ ਹੈ। ਮੰਨਿਆ ਜਾ ਰਿਹਾ ਕਿ ਇਸ ਮੁਲਾਕਾਤ ਤੋਂ ਬਾਅਦ ਸਿੱਧੂ ਛੇਤੀ ਹੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਮੁਲਾਕਾਤ ਕਰ ਸਕਦੇ ਨੇ। ਇਹ ਸੰਕੇਤ ਇਸ ਲਈ ਵੀ ਹੈ ਕਿ ਇਸ ਵਾਰ ਵਿਧਾਨ ਸਭਾ ਦੇ ਬਜਟ ਸੈਸ਼ਨ ਵਿੱਚ ਸਿੱਧੂ ਨੇ ਆਪਣੀ ਹਾਜ਼ਰੀ ਜ਼ੋਰ ਸ਼ੋਰ ਦੇ ਨਾਲ ਦਰਜ ਕਰਵਾਈ ਹੈ। ਉੱਧਰ ਹਰੀਸ਼ ਰਾਵਤ ਨੇ ਸਪਸ਼ਟ ਕੀਤਾ ਕਿ ਨਵਜੋਤ ਸਿੱਧੂ ਦੇ ਜੋ ਵੀ ਫੈਸਲਾ ਹੋਵੇਗਾ ਉਹ ਸਿੱਧੂ ਦੀ ਸਮਰੱਥਾ ਅਤੇ ਭਵਿੱਖ ਦੀਆਂ ਸੰਭਾਵਨਾਵਾਂ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਜਾਵੇਗਾ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਗੁਰਪੁਰਬ ਸ਼ਤਾਬਦੀ ਨੂੰ ਸਮਰਪਿਤ ਪੂਰਾ ਸਾਲ ਹੀ ਗੁਰਮਤਿ ਸਮਾਗਮ ਕਰਵਾਏ ਜਾਣ ਤਾਂ ਜੋ ਸਮੁੱਚੀ ਲੋਕਾਈ ਨੂੰ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੋਂ ਜਾਣੂ ਕਰਵਾਇਆ ਜਾ ਸਕੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਦਫ਼ਤਰ ਸਕੱਤਰ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਕੀਤਾ ਗਿਆ। ਉਹਨਾਂ ਕਿਹਾ ਕਿ ਇਸ ਸ਼ਤਾਬਦੀ ਨੂੰ ਸਮਰਪਿਤ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਸਿੱਖੀ ਨੂੰ ਅਪਣਾਏ ਫਿਰਕੇ ਜਿਵੇਂ ਸਿਕਲੀਗਿਰ ਸਤਨਾਮੀਏ ਅਤੇ ਵਣਜਾਰੇ ਆਦਿ ਨੂੰ ਸਿੱਖੀ ਨਾਲ ਜੋੜਨ ਦੇ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਤੇਜ ਸਿੰਘ ਢੱਡੇ ਦੇ ਅਕਾਲ ਚਲਾਣਾ ਕਰ ਜਾਣ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਹਨਾਂ ਕਿਹਾ ਕਿ ਗੁਰਤੇਜ ਸਿੰਘ ਬਹੁਤ ਉੱਚੇ ਸੁੱਚੇ ਜੀਵਨ ਦੇ ਧਾਰਨੀ ਸਨ, ਜਿਨ੍ਹਾਂ ਨੇ ਪੂਰੇ ਜੀਵਨ ਇਮਾਨਦਾਰੀ ਦੇ ਨਾਲ ਬਤੀਤ ਕੀਤਾ। ਉਹਨਾਂ ਕਿਹਾ ਕਿ ਸਾਡੀ ਗੁਰੂ ਸਾਹਿਬ ਅੱਗੇ ਅਰਦਾਸ ਹੈ ਕਿ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ। ਪੰਜਾਬ ਦੀ ਕੈਪਟਨ ਸਰਕਾਰ ਵਿੱਚ ਭਾਵੇਂ ਨਵਜੋਤ ਸਿੰਘ ਸਿੱਧੂ ਦੇ ਉਪ ਮੁੱਖ ਮੰਤਰੀ ਬਣਨ ਬਾਰੇ ਚਰਚਾ ਤੇ ਖਬਰਾਂ ਆਮ ਕਰਕੇ ਮੀਡੀਆ ਦੀਆਂ ਸੁਰਖੀਆਂ ਤੇ ਹਨ ਅਤੇ ਸਰਦਾਰ ਸਿੱਧੂ ਦਾ ਕੈਬਨਿਟ ਮੰਤਰੀ ਅਤੇ ਉਪ ਮੁੱਖ ਮੰਤਰੀ ਬਣਨਾ ਵੀ ਤੈਅ ਹੋ ਗਿਆ ਹੈ, ਪਰ ਹੁਣ ਪੰਜਾਬ ਵਿੱਚ ਦਲਿਤ ਭਾਈਚਾਰੇ ਦੀਆਂ ਵੱਡੀ ਗਿਣਤੀ ਵਿੱਚ ਵੋਟਾਂ ਹੋਣ ਦੇ ਕਾਰਨ ਇਸ ਗੱਲ ਦੀ ਚਰਚਾ ਹੈ ਕਿ ਪੰਜਾਬ ਵਿੱਚ ਦਲਿਤ ਭਾਈਚਾਰੇ ਨੂੰ ਖੁਸ਼ ਕਰਨ ਲਈ ਕਿਸੇ ਦਲਿਤ ਮੰਤਰੀ ਨੂੰ ਉਪ ਮੁੱਖ ਮੰਤਰੀ ਦੀ ਕੁਰਸੀ ਵੀ ਮਿਲ ਸਕਦੀ ਹੈ। ਜੇਕਰ ਇਹ ਮੰਗ ਸੱਚਮੁੱਚ ਉੱਠੀ ਹੋਈ ਤਾਂ ਪੰਜਾਬ ਵਿੱਚ 3 SC ਭਾਈਚਾਰੇ ਦੇ 3 ਵਜ਼ੀਰ ਨੇ, ਜਿਨ੍ਹਾਂ ਵਿੱਚ ਸਾਧੂ ਸਿੰਘ ਧਰਮਸੋਤ, ਅਰੁਣਾ ਚੌਧਰੀ ਅਤੇ ਹੋਰ ਦੀ ਲਾਟਰੀ ਵੀ ਲੱਗ ਸਕਦੀ ਹੈ। ਸੂਤਰਾਂ ਦੇ ਅਨੁਸਾਰ ਜੇਕਰ ਇਸ ਮੰਗ 'ਤੇ ਗੌਰ ਕੀਤੀ ਗਈ ਤਾਂ ਇੱਕ ਲੇਡੀ ਦੂਜਾ SC ਹੋਣ ਕਾਰਨ ਮੈਡਮ ਚੌਧਰੀ ਦਾ ਨੰਬਰ ਵੀ ਲੱਗ ਸਕਦਾ ਹੈ, ਨਹੀਂ ਤਾਂ ਚੰਨੀ ਧਰਮਸੋਤ ਅਤੇ ਵੇਰਕਾ ਵਿੱਚੋਂ ਵੀ ਕਿਸੇ 'ਤੇ ਵੀ ਗੁਣੀਆਂ ਪੈ ਸਕਦਾ, ਜਦੋਂ ਕਿ CM ਦੇ ਤੇਜ਼ ਤਰਾਰ ਸਲਾਹਕਾਰ ਰਾਜ ਕੁਮਾਰ ਵੇਰਕਾ ਦੇ ਨਾਂ 'ਤੇ ਇਹ ਵਿਚਾਰ ਕੀਤਾ ਜਾ ਸਕਦਾ। ਭਾਵੇਂ ਹਿੰਦੂ ਬਾਰੇ ਵੀ ਚਰਚਾ ਹੈ, ਪਰ ਕਾਂਗਰਸ ਦਾ ਸੂਬਾ ਪ੍ਰਧਾਨ ਹਿੰਦੂ ਹੋਣ ਕਰਕੇ ਇਹ ਮੰਗ ਅਹਿਮ ਮੰਨੀ ਜਾ ਰਹੀ ਹੈ। ਬਰਨਾਲਾ ਜ਼ਿਲ੍ਹੇ ਦੇ ਪਿੰਡ ਧੌਲੇ ਵਿੱਚ ਦਲਿਤ ਨਾਬਾਲਗ ਕੁੜੀ ਜਿਸ ਦੀ ਉਮਰ ਤਕਰੀਬਨ 13 ਸਾਲ ਦੱਸੀ ਜਾ ਰਹੀ ਉਸ ਦੇ ਨਾਲ ਗੈਂਗਰੇਪ ਕੀਤਾ ਗਿਆ। ਹਾਸਲ ਜਾਣਕਾਰੀ ਦੇ ਮੁਤਾਬਕ ਪਿੰਡ ਦੇ ਹੀ 4 ਮੁੰਡਿਆਂ 'ਤੇ ਸਮੂਹਕ ਬਲਾਤਕਾਰ ਦੀ ਘਿਨੌਣੀ ਵਾਰਦਾਤ ਨੂੰ ਅੰਜਾਮ ਦੇਣ ਦੇ ਇਲਜ਼ਾਮ ਲੱਗੇ ਨੇ। ਪੀੜਿਤ ਕੁੜੀ ਨੂੰ ਸਿਵਲ ਹਸਪਤਾਲ ਬਰਨਾਲਾ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ। DSP ਬਲਜੀਤ ਸਿੰਘ ਬਰਾੜ ਨੇ ਦੱਸਿਆ ਕਿ ਕੁੜੀ ਦੇ ਬਿਆਨਾਂ ਦੇ ਆਧਾਰ 'ਤੇ 4 ਮੁੰਡਿਆਂ ਦੇ ਖਿਲਾਫ ਗੈਂਗਰੇਪ ਦੀ ਧਾਰਾ 'ਤੇ SSC ਐਕਟ ਅਧੀਨ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਪਾਲ ਸ਼ੁਰੂ ਕਰ ਦਿੱਤੀ ਗਈ ਹੈ। DSP ਬਰਾੜ ਨੇ ਦੱਸਿਆ ਕਿ ਪੀੜਤਾ ਵੱਲੋਂ ਦਿੱਤੇ ਗਏ ਬਿਆਨ ਦੇ ਮੁਤਾਬਕ ਉਸ ਨੂੰ ਬੀਤੀ ਰਾਤ 10:30 ਵਜੇ ਪਿੰਡ ਦੇ ਹੀ 4 ਮੁੰਡੇ ਵਰਗਲਾ ਕੇ ਕਿਸੇ ਸੁੰਨਸਾਨ ਥਾਂ 'ਤੇ ਲੈ ਗਏ, ਜਿੱਥੇ ਉਸਦੇ ਨਾਲ ਰੇਪ ਕੀਤਾ ਗਿਆ। ਇਸ ਦੇ ਨਾਲ ਹੀ ਪੀੜਤ ਦੇ ਪਰਿਵਾਰਕ ਮੈਂਬਰਾਂ ਨੇ ਵੀ ਪਿੰਡ ਦੇ ਹੀ 4 ਆਦਮੀਆਂ 'ਤੇ ਗੈਂਗਰੇਪ ਦਾ ਦੋਸ਼ ਲਗਾਇਆ ਹੈ, ਜਿਸ ਮਗਰੋਂ ਪੁਲਿਸ
ਅਤੇ ਉਸ ਨਾਲ ਇਸ ਘਰਾਉਣੀ ਹਰਕਤ ਨੂੰ ਅੰਜਾਮ ਦਿੱਤਾ। ਪੀੜਤ ਦੇ ਪਿਤਾ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮੁਲਜ਼ਮਾਂ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਪਨਵਸ ਕਰਮਚਾਰੀ ਆਪਣੀਆਂ ਮੰਗਾਂ ਨੂੰ ਲੈ ਕੇ ਪੂਰੇ ਪੰਜਾਬ 'ਚ 3 ਦਿਨਾਂ ਲਈ ਹੜਤਾਲ 'ਤੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦਾ ਵੀ ਮੁਲਾਜ਼ਮਾਂ ਵੱਲੋਂ ਘਿਰਾਓ ਕੀਤਾ ਜਾਵੇਗਾ। ਦੱਸ ਦਈਏ ਕਿ ਪੂਰੇ ਪੰਜਾਬ 'ਚ 18 ਡਿਪੂਆਂ ਵਿੱਚ ਹੜਤਾਲ ਕੀਤੀ ਜਾਵੇਗੀ। ਇਸ ਹੜਤਾਲ ਦੇ ਦੌਰਾਨ ਪੰਜਾਬ ਸਰਕਾਰ ਨੂੰ 3 ਦਿਨਾਂ ਵਿੱਚ ਲਗਭਗ 18 ਕਰੋੜ ਰੁਪਏ ਦਾ ਨੁਕਸਾਨ ਹੋਵੇਗਾ। ਪਨਵਸ ਕਰਮਚਾਰੀਆਂ ਨੇ ਦੱਸਿਆ ਕਿ ਪਿਛਲੇ ਮਹੀਨਿਆਂ ਤੋਂ ਮੰਗ ਕਰ ਰਹੇ ਹਨ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਅਤੇ ਉਹਨਾਂ ਨੂੰ ਬਰਾਬਰ ਕੰਮ ਅਤੇ ਬਰਾਬਰ ਤਨਖਾਹ ਦਿੱਤੀ ਜਾਵੇ। ਪਨਵਸ ਕਰਮਚਾਰੀ ਨੇ ਕਿਹਾ ਕਿ ਕੱਲ੍ਹ ਪਟਿਆਲਾ ਵਿੱਚ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਾਂਗੇ ਅਤੇ ਉਸ ਤੋਂ ਬਾਅਦ ਪਰਸੋਂ ਤੋਂ ਵੀ ਹੜਤਾਲ ਜਾਰੀ ਰਹੇਗੀ। ਇਸ ਦੇ ਨਾਲ ਹੀ ਪਨਵਸ ਕਰਮਚਾਰੀਆਂ ਨੇ ਕਹਿਣਾ ਕਿ ਜੇਕਰ ਸਰਕਾਰ ਮੰਗਾਂ ਪ੍ਰਤੀ ਸਹਿਮਤ ਨਹੀਂ ਹੋਈ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ। ਜ਼ਿਲ੍ਹਾ ਵਿੱਚ ਕੁਝ ਚੋਰਾਂ ਦੁਆਰਾ ਘਰ ਵਿੱਚ ਦਾਖਲ ਕੇ ਚੋਰੀ ਕਰਨ ਦੀ ਖਬਰ ਸਾਹਮਣੇ ਆਈ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਡਾਕਟਰ ਪ੍ਰਭਜੋਤ ਸਿੰਘ ਵੱਲੋਂ ਦੱਸਿਆ ਗਿਆ ਕਿ ਉਹ ਇੱਕ ਹੋਮਿਓਪੈਥਿਕ ਡਾਕਟਰ ਹਨ ਅਤੇ ਉਹ ਆਮਨ ਨਗਰ ਫਿਰੋਜ਼ਪੁਰ ਰੋਡ 'ਤੇ ਜ਼ਿਲ੍ਹਾ ਵਿੱਚ ਰਹਿੰਦੇ ਨੇ। ਉਹਨਾਂ ਦਾ ਜ਼ਿਲ੍ਹਾ ਸ਼ਹਿਰ ਵਿੱਚ ਕਲੀਨਿਕ ਹੈ ਅਤੇ ਉਹਨਾਂ ਦੀ ਪਤਨੀ ਸਰਕਾਰੀ ਸਕੂਲ ਵਿੱਚ ਟੀਚਰ ਹੈ। ਇਸ ਲਈ ਦੋਵੇਂ ਜਣੇ ਆਪਣੇ ਆਪਣੇ ਕੰਮਾਂ 'ਤੇ ਚਲੇ ਜਾਂਦੇ ਹਨ ਅਤੇ ਚੋਰਾਂ ਵੱਲੋਂ ਘਰ ਦੀ ਛੱਤ ਦੇ ਰਾਹੀਂ ਪੌੜੀਆਂ ਉੱਤਰ ਕੇ ਕੂਲਰ ਵਾਲੀ ਬਾਰੀ ਨੂੰ ਪੱਟ ਕੇ ਕਮਰੇ ਵਿੱਚੋਂ 8-10 ਤੋਲੇ ਸੋਨਾ ਅਤੇ 1 ਲੱਖ ਰੁਪਏ ਦੀ ਨਕਦੀ ਲੈ ਕੇ ਰਫੂ ਚੱਕਰ ਹੋ ਗਏ। ਜਦ 3 ਵਜੇ ਉਹਨਾਂ ਦੀ ਪਤਨੀ ਵੱਲੋਂ ਘਰ ਆ ਕੇ ਦੇਖਿਆ ਗਿਆ ਤਾਂ ਕਮਰੇ ਵਿੱਚ ਪਿਆ ਸਮਾਨ ਖਿਲਰਿਆ ਪਿਆ ਸੀ। ਚੋਰਾਂ ਵੱਲੋਂ ਅਲਮਾਰੀ ਦਾ ਦਰਵਾਜ਼ਾ ਤੋੜ ਕੇ ਹੱਥ ਸਾਫ਼ ਕੀਤਾ ਸੀ ਅਤੇ ਜਦੋਂ ਉਸ ਵੱਲੋਂ ਪੁਲਿਸ ਨਾਲ ਸੰਪਰਕ ਕੀਤਾ ਗਿਆ ਤਾਂ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਤਫਤੀਸ਼ ਸ਼ੁਰੂ ਕਰ ਦਿੱਤੀ। ਸਿਟੀ ਥਾਣਾ ਜ਼ਿਲ੍ਹਾ ਦੇ ਸਬ ਇੰਸਪੈਕਟਰ ਪੇਪਰ ਸਿੰਘ ਨੇ ਦੱਸਿਆ ਕਿ FIR ਦਰਜ ਕੀਤੀ ਗਈ ਹੈ। ਗਲੀਆਂ ਵਿੱਚ ਲੱਗੇ CCTV ਕੈਮਰਿਆਂ ਨੂੰ ਖੰਗਾਲ ਕੇ ਜਾਂਚ ਕੀਤੀ ਜਾਵੇਗੀ। ਮੈਂ ਪ੍ਰਭਜੋਤ ਸਿੰਘ, ਮੇਰਾ ਹੋਮਿਓਪੈਥਿਕ ਕਲੀਨਿਕ ਹੈ ਬਾਜ਼ਾਰ ਸਰਾਫਾਂ ਜ਼ੀਰਾ। ਸਾਡਾ ਘਰ ਜਿਹੜਾ ਅਮਨ ਨਗਰ ਅਮਨ ਵਿਜ਼ਨ ਦੇ ਸਾਹਮਣੇ ਫਿਰੋਜ਼ਪੁਰ ਰੋਡ 'ਤੇ ਹੈ ਅਤੇ ਸਾਡੇ ਘਰ ਅੱਜ ਤਕਰੀਬਨ 10:30 ਤੋਂ 3 ਦੇ ਵਿੱਚ ਵਿੱਚ ਇੱਥੇ ਚੋਰੀ ਹੋਈ ਹੈ। ਕਿਉਂਕਿ ਅਸੀਂ ਘਰੋਂ ਬਾਹਰ ਸੀਗੇ, ਮੈਂ ਆਪਣੇ ਕਲੀਨਿਕ 'ਤੇ ਸੀ ਅਤੇ ਵਾਈਫ ਸਕੂਲ ਦੇ ਵਿੱਚ ਸੀਗੇ ਅਤੇ ਚੋਰਾਂ ਨੇ ਪਿੱਛੋਂ ਦੀ ਆ ਕੇ ਪੌੜੀਆਂ ਥੱਲੇ ਉਤਰ ਕੇ ਜਿਹੜਾ ਕੂਲਰ ਦਾ ਸਲੋਟ ਹੈ ਜਿੱਥੇ ਉਹਦੀ ਗ੍ਰਿਲ ਅਤੇ ਜਾਲੀ ਪੱਟ ਕੇ ਅਤੇ ਜਿਹੜੀ ਗੋਡਰੀ ਦੀ ਅਲਮਾਰੀ ਹੈ ਉਹਨੂੰ ਉਹਦਾ ਲੋਕ ਉਹਦੀ ਸੇਫ ਤੋੜ ਕੇ ਤਕਰੀਬਨ 8-10 ਤੋਲੇ ਸੋਨਾ ਅਤੇ 1 ਲੱਖ ਰੁਪਈਆ ਨਕਦ ਕੈਸ਼ ਅਤੇ ATM ਕਾਰਡ ਵਗੈਰਾ ਉਹ ਲੈ ਗਏ। ਅਤੇ ਪੁਲਿਸ ਨੇ ਬੜਾ ਟਾਈਮਲੀ ਸਾਡੇ ਕੋਲ ਪਹੁੰਚ ਕੇ ਤਫਤੀਸ਼ ਸ਼ੁਰੂ ਕੀਤੀ ਹੈ ਅਤੇ ਉਹਨਾਂ ਦੀ ਤਫਤੀਸ਼ ਮੈਨੂੰ ਲੱਗਦਾ ਕਿਸੇ ਸਿੱਟੇ 'ਤੇ ਪਹੁੰਚਦੀ ਲੱਗਦੀ ਹੈ। ਉਹਨਾਂ ਦੇ ਆਲੇ ਦੁਆਲੇ ਦੇ ਜਿਹੜੇ ਕੈਮਰੇ ਨੇ ਉਹਨਾਂ ਦੀ CCTV ਫੁਟੇਜ ਉਹਨਾਂ ਨੇ ਖੰਗਾਲੀ ਹੈ ਅਤੇ ਉਹਦੇ 'ਚ ਕੁਛ ਕਲਿਊ ਮਿਲੇ ਆ ਅਤੇ ਮੈਂ ਉਹਨਾਂ ਦੀ ਤਫਤੀਸ਼ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਾਂ। FIR ਲੌਜ ਹੋ ਗਈ ਹੈ ਅਤੇ ਮੈਨੂੰ ਪੁਲਿਸ 'ਤੇ ਪੂਰਾ ਭਰੋਸਾ ਹੈ। ਅਤੇ ਅਮਨ ਨਗਰ ਦੇ ਡਾਕਟਰ ਪ੍ਰਭਜੋਤ ਸਿੰਘ ਦਾ ਘਰ ਹੈ, ਉਹ ਸ਼ੋਪ 'ਤੇ ਚਲੇ ਜਾਂਦੇ ਨੇ। ਮਿਸਟਰ ਜਿਹੜੀ ਆ ਉਹ ਟੀਚਰ ਹੈ, ਉਹ ਸਕੂਲ ਚਲੀ ਮਗਰ ਉਹ ਘਰ ਇਕੱਲਾ ਸੀ। ਦਿਨ ਸਮੇਂ ਕੋਈ ਅਣਪਛਾਤਾ ਆਦਮੀ ਪਿੱਛੇ ਕੋਠਿਆਂ ਉੱਪਰ ਦੀ ਪੌੜੀਆਂ ਉੱਤਰ ਕੇ ਉਹਨਾਂ ਦੇ ਘਰ ਦਾਖਲ ਹੋ ਕੇ ਅਤੇ ਉਹ ਗ੍ਰਿਲ ਜਿਹੜੀ ਸੀਗੀ ਬਾਰੀ ਦੇ ਵਿੱਚੋਂ ਪੁੱਟ ਕੇ ਅੰਦਰ ਦਾਖਲ ਹੋਇਆ ਅਤੇ ਅਲਮਾਰੀ ਦੇ ਵਿੱਚੋਂ ਕੁਝ ਜੇਵਰਾਤ ਅਤੇ ਪੈਸੇ ਚੋਰੀ ਕਰਕੇ ਲੈ ਗਿਆ। ਜਿਸ ਦਾ ਅਸੀਂ ਮੌਕਾ ਵੇਖ ਕੇ ਮੁਕੱਦਮਾ ਦਰਜ ਕਰਤਾ ਸੀ ਰਾਤ ਹੀ, ਅਤੇ ਉਹ ਜਿਹੜੇ ਆਸੇ ਪਾਸੇ ਗਲੀਆਂ ਦੇ ਵਿੱਚ CCTV ਕੈਮਰੇ ਵਗੈਰਾ ਲੱਗੇ ਨੇ ਉਹਨਾਂ ਦੀ ਅਸੀਂ ਫੁਟੇਜ ਨੂੰ ਘੁੰਘਾਲ ਰਹੇ ਹਾਂ ਅਤੇ ਮੁਕੱਦਮੇ ਨੂੰ ਟਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੱਜ ਮਹਾਂਸ਼ਿਵਰਾਤਰੀ ਦਾ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਬ੍ਰਹਮਚਾਰੀ ਪ੍ਰਜਾਪਿਤਾ ਆਸ਼ਰਮ ਜ਼ਿਲ੍ਹਾ ਦੇ ਇੰਚਾਰਜ ਵੀਨਾ ਦੀਦੀ ਦੀ ਅਗਵਾਈ ਵਿੱਚ ਆਸ਼ਰਮ ਮਹਾਂਸ਼ਿਵਰਾਤਰੀ ਦਾ ਪਵਿੱਤਰ ਦਿਹਾੜਾ ਬਹੁਤ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਏਰੀਆ ਇੰਚਾਰਜ ਸੰਗੀਤਾ ਦੀਦੀ ਵਿਸ਼ੇਸ਼ ਤੌਰ 'ਤੇ ਪਹੁੰਚੇ। ਜੋਤੀ ਪ੍ਰਚੰਦ ਦੀ ਰਸਮ ਨਰੇਸ਼ ਚੋਪੜਾ ਅਤੇ ਉਹਨਾਂ ਦੀ ਪਤਨੀ ਵੱਲੋਂ ਨਿਭਾਈ ਗਈ। ਇਸ ਸਮੇਂ ਸੰਗੀਤਾ ਦੀਦੀ ਵੱਲੋਂ ਮਹਾਂਸ਼ਿਵਰਾਤਰੀ ਦਾ ਮਹੱਤਵ ਦੱਸਿਆ ਗਿਆ। ਇਸ ਤਿਉਹਾਰ ਨੂੰ ਸੱਚੀ ਮਨ ਦੇ ਨਾਲ ਮਨਾ ਕੇ ਝੋਲੀਆਂ ਭਰਪੂਰ ਕੀਤੀਆਂ ਜਾ ਸਕਦੀਆਂ ਨੇ। ਸ਼ਿਵ ਚੰਡਾ ਚੜ੍ਹਾਉਣ ਦੀ ਰਸਮ ਮੁੱਖ ਮਹਿਮਾਨਾਂ ਵੱਲੋਂ ਨਿਭਾਈ ਗਈ। ਜਨਮ ਦਿਨ 'ਤੇ ਕੇਕ ਕੱਟਿਆ ਗਿਆ। ਇਸੇ ਵਿੱਚ ਆਈਆਂ ਹੋਈਆਂ ਸੰਗਤਾਂ ਨੂੰ ਪ੍ਰਸ਼ਾਦ ਵੰਡਿਆ ਗਿਆ। ਸੋ ਹੁਣ ਅੱਜ ਦੀਆਂ ਮੁੱਖ ਖਬਰਾਂ ਸਮਾਪਤ ਕਰਦੇ ਹਾਂ। ਧੰਨਵਾਦ।